ਅੱਜਕੱਲ ਸਟੂਡੈਂਟਸ ਜੋ ਨੇ ਜਦੋਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਆਪਸ਼ਨਸ ਹੋਣ ਕਰਕੇ ਸਟੂਡੈਂਟਸ ਕਈ ਵਾਰੀ ਥੋੜੇ ਕਨਫਿਊਜ਼ ਹੋ ਜਾਂਦੇ ਨੇ ਕਿ ਸਾਡੇ ਲਈ ਸਹੀ ਜਗ੍ਹਾ ਕਿਹੜੀ ਰਹੇਗੀ। ਆਪਾਂ ਗੱਲ ਕੈਨੇਡਾ ਦੀ ਕਰੀਏ, ਉੱਥੇ ਰਸ਼ ਬਹੁਤ ਜ਼ਿਆਦਾ ਨਜ਼ਰ ਆਉਂਦਾ, ਅਸੀਂ ਸਾਰੇ ਜਾਣਦੇ ਹਾਂ। ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਬਹੁਤ ਸਟ੍ਰਿਕਟ ਨਜ਼ਰ ਆ ਰਿਹਾ, ਕਿਤੇ ਨਾ ਕਿਤੇ ਫਾਈਲਿੰਗ ਨੂੰ ਲੈ ਕੇ ਸਟ੍ਰਿਕਟ ਹੈ, ਜੈਨੂਇਨ ਸਟੂਡੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਹੈ ਆਸਟ੍ਰੇਲੀਆ। ਔਰ ਦੂਸਰੇ ਪਾਸੇ ਯੂਕੇ ਦੀ ਗੱਲ ਕਰੀਏ ਤਾਂ ਜੋ ਲੇਟੈਸਟ ਅਪਡੇਟਸ ਆਉਂਦੇ ਜਾ ਰਹੇ ਨੇ ਬਾਰ ਬਾਰ, ਚਾਹੇ ਸਪਾਊਸ ਵੀਜ਼ਾ ਦੀ ਆਪਾਂ ਗੱਲ ਕਰ ਲਈਏ, ਚਾਹੇ ਕਿ ਖਰਚਾ ਵਧਣ ਦੀ ਗੱਲ ਕਰ ਲਈਏ, ਸੋ ਇਹਨਾਂ ਸਭ ਆਪਸ਼ਨ ਦੇ ਵਿਚਕਾਰ ਅੱਜ ਆਪਾਂ ਇੱਕ ਅਜਿਹੀ ਆਪਸ਼ਨ ਦੇ ਉੱਪਰ ਗੱਲ ਕਰਾਂਗੇ ਜਿਸ ਦੇ ਬਾਰੇ ਸਟੂਡੈਂਟਸ ਨੂੰ ਅਵੇਅਰ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਜੋ ਅੱਜ ਦੇ ਟਾਈਮ ਵਿੱਚ ਇੱਕ ਚੰਗੀ ਆਪਸ਼ਨ ਹੈ ਪੜ੍ਹਾਈ ਦੇ ਤੌਰ 'ਤੇ, ਸੈਟਲ ਹੋਣ ਦੇ ਤੌਰ 'ਤੇ, ਅਰਨਿੰਗ ਦੇ ਤੌਰ 'ਤੇ, ਅੱਗੋਂ ਆਪਣੀ ਲਾਈਫ ਦੇ ਵਿੱਚ ਚੰਗੀਆਂ ਓਪਰਚੁਨਿਟੀਜ਼ ਦੇ ਤੌਰ 'ਤੇ ਉਹ ਆਪਸ਼ਨ ਕਿਹੜੀ ਹੈ, ਇਹ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼, ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਜੀ ਮੈਮ, ਸੋ ਮੈਮ ਤੁਸੀਂ ਬਹੁਤ ਸਾਰੀ ਕੰਟਰੀਜ਼ ਲਈ ਨਾਲ ਡੀਲ ਕਰਦੇ ਹੋ, ਸਟੂਡੈਂਟਸ ਨੂੰ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਜੋ ਹੈ ਗਾਈਡ ਕਰਦੇ ਹੋ ਕਿ ਉਹਨਾਂ ਨੂੰ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜੀ ਆਪਸ਼ਨ 'ਤੇ ਜਾਣਾ ਚਾਹੀਦਾ। ਅਤੇ ਅੱਜ ਜੇਕਰ ਆਪਾਂ ਗੱਲ ਕਰੀਏ ਆਸਟ੍ਰੇਲੀਆ, ਕੈਨੇਡਾ, ਯੂਕੇ, ਯੂਐਸਏ ਤੋਂ ਹਟ ਕੇ ਅਗਰ ਹੋਰ ਚੰਗੀ ਆਪਸ਼ਨ ਦੀ ਗੱਲ ਕਰੀਏ, ਮੈਂ ਜ਼ਰੂਰ ਚਾਹੂੰਗੀ ਕਿ ਉਸ ਆਪਸ਼ਨ ਦਾ ਨਾਮ ਤੁਸੀਂ ਹੀ ਦੱਸੋ, ਕਿਹੜੀ ਕੰਟਰੀ ਹੈ ਜਿੱਥੇ ਸਟੂਡੈਂਟ ਜ਼ਿਆਦਾ ਧਿਆਨ ਨਹੀਂ ਦੇ ਪਾ ਰਿਹਾ, ਪਰ ਉਹ ਅਗਰ ਸਟੂਡੈਂਟ ਚੁਣਦੇ ਨੇ ਤਾਂ ਫਿਊਚਰ ਦੇ ਲਈ ਬਹੁਤ ਚੰਗਾ ਡਿਸੀਜ਼ਨ ਉਹਨਾਂ ਦਾ ਰਹਿ ਸਕਦਾ। ਦੇਖੋ ਹਰਜੋਤ ਜੀ, ਹਰ ਕੰਟਰੀ ਆਪਣੇ ਆਪ 'ਚ ਲੁਕਰੇਟਿਵ ਹੈ ਜੀ। ਇਹ ਹੈ ਕਿ ਇਹ ਹਰ ਕੰਟਰੀ ਦਾ ਵੀਜ਼ਾ ਦੇਣ ਦਾ ਇੱਕ ਆਪਣਾ ਕੋਟਾ ਹੈ, ਇੱਕ ਸਮਾਂ ਹੈ। ਅਤੇ ਮਤਲਬ ਜਦ ਬਹੁਤ ਜ਼ਿਆਦਾ ਵੀਜ਼ਾ ਦੇ ਦਿੰਦੀ ਹੈ ਕੋਈ ਵੀ ਕੰਟਰੀ, ਤਾਂ ਸਮਝ ਲੈਣਾ ਚਾਹੀਦਾ ਹੁਣ ਉਹਨਾਂ ਨੂੰ ਬੰਦੇ ਜਿੰਨੇ ਚਾਹੀਦੇ ਸੀਗੇ ਉਹਨਾਂ ਨੂੰ ਉੱਥੇ ਐਡਜਸਟ ਕਰਨਾ। ਹੁਣ ਜਿਹੜੀ ਕੰਟਰੀ ਵੀਜ਼ਾ ਤੁਹਾਨੂੰ ਈਜ਼ੀਲੀ ਦੇ ਰਹੀ ਹੈ, ਤੁਸੀਂ ਉੱਧਰ ਨੂੰ ਧਿਆਨ ਦਿਓ, ਠੀਕ ਹੈ। ਇਹ ਨਾ ਸੋਚੋ ਉੱਧਰ ਹਜੇ ਕੰਮ ਹੈ ਨਹੀਂ, ਇਹ ਸਾਰੀ ਕੰਟਰੀਆਂ 'ਚ ਕੰਮ ਮਿਲ ਜਾਣਾ। 4-6 ਮਹੀਨੇ ਜਿਹੜਾ ਹੈ ਨਾ, ਥੋੜ੍ਹਾ ਜਿਹਾ ਇੱਕ ਟਾਈਮ ਹੁੰਦਾ, ਉਹ ਟਾਈਮ ਹਰ ਸਟੂਡੈਂਟ ਨੂੰ ਉੱਥੇ ਸੈਟਲ ਹੋਣ ਵਾਸਤੇ ਵੀ ਚਾਹੀਦਾ ਹੀ ਚਾਹੀਦਾ। ਜੇ ਆਪਾਂ ਗੱਲ ਕਰੀਏ ਫਰਾਂਸ ਦੀ ਇਸ ਟਾਈਮ, ਜਰਮਨੀ ਦੀ ਜਾਂ ਫਰਾਂਸ ਦੀ, ਮਤਲਬ ਇਹ ਡੈਨਮਾਰਕ, ਕੋਈ ਵੀ ਯੂਰੋਪੀਅਨ ਕੰਟਰੀ ਇਸ ਟਾਈਮ ਲੁਕਰੇਟਿਵ ਹੈ। ਉੱਧਰ ਬਹੁਤ ਜ਼ਿਆਦਾ ਵੀਜ਼ਾ ਨਹੀਂ ਦਿੱਤਾ ਗਿਆ ਸੀਗਾ, ਕੋਵਿਡ 'ਚ ਕਾਫੀ ਬੰਦ ਰਿਹਾ, ਫਿਰ ਹੌਲੀ ਹੌਲੀ ਖੋਲ੍ਹਦੇ ਆ ਉਹ। ਇਸ ਟਾਈਮ ਤੁਸੀਂ ਇਹ ਦੇਖੋ ਕਿ ਉੱਥੇ ਜਿਹੜਾ ਬੱਚਾ ਹੈ MOI 'ਤੇ ਵੀ ਜਾ ਰਿਹਾ, ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼, ਆਈਲੈਟਸ ਦੀ ਵੀ ਕਈ ਕੰਟਰੀਜ਼ ਨੂੰ ਜ਼ਰੂਰਤ ਨਹੀਂ ਹੈ। ਫੰਡ ਵੀ ਤੁਸੀਂ ਰੀਸੈਂਟ ਪਾ ਸਕਦੇ ਹੋ, ਔਰ ਬਹੁਤ ਜ਼ਿਆਦਾ 40-40, 50-50 ਲੱਖ ਨਹੀਂ ਚਾਹੀਦੇ, 15-16 ਲੱਖ, 10-12 ਲੱਖ, ਡਿਪੈਂਡ ਕਰਦਾ ਕੰਟਰੀ 'ਤੇ। ਅਤੇ ਇੱਦਾਂ ਦੀ ਬਹੁਤ ਸਾਰੀ ਕੰਟਰੀ ਹੈ। ਹੁਣ ਜੇ ਆਪਾਂ ਗੱਲ ਕਰੀਏ ਕਿ ਫਰਾਂਸ ਦੀ ਆਪਾਂ ਗੱਲ ਕਰਦੇ ਹਾਂ, ਜੇ ਸਟੂਡੈਂਟ ਤੁਸੀਂ ਇਹ ਦੇਖੋ ਕਿ ਜਾ ਰਿਹਾ ਹੈ ਅਤੇ ਉਹਦੀ ਜਿਹੜੀ ਪਰਸੈਂਟੇਜ 50-60% ਹੋਏ, ਆਇਲਸ ਕੀਤਾ ਨਹੀਂ ਕੀਤਾ ਕੋਈ ਫਰਕ ਨਹੀਂ ਪੈਂਦਾ, ਥੋੜ੍ਹਾ ਜਿਹਾ ਗੈਪ ਹੈ ਉਹ ਵੀ ਫਰਕ ਨਹੀਂ ਪੈਂਦਾ, ਐਂਡ ਦੈਟ ਇਜ਼ ਨਾਊਨ ਫਾਰ ਕੁਆਲਿਟੀ ਐਜੂਕੇਸ਼ਨ। ਜੇ ਬੱਚੇ ਨੇ ਕੋਈ ਬਹੁਤ ਅੱਛੇ ਕੋਰਸਿਸ ਕਰਨੇ ਹੈ, ਲਾਈਕ ਬਿਜ਼ਨਸ ਮੈਨੇਜਮੈਂਟ ਤਾਂ ਵੈਰੀ ਕੋਮਨ, ਠੀਕ ਹੈ, ਜਾਂ ਬ੍ਰੈਂਡ ਇਨੋਵੇਸ਼ਨ ਆ ਜਾਂ ਬ੍ਰੈਂਡਿੰਗ ਦੇ ਰਿਲੇਟਿਡ ਕੋਈ ਵੀ ਕੋਰਸ ਕਰਨਾ, ਬ੍ਰੈਂਡ ਮੈਨੇਜਮੈਂਟ ਇੱਦਾਂ ਦੇ ਕੋਰਸ, ਜਾਂ IT ਦਾ ਕੋਈ ਕੋਰਸ ਅੱਛਾ ਕੋਰਸ ਕਰਨਾ, ਡਿਜੀਟਲ 'ਚ ਕਰਨਾ, ਇਹ ਸਾਰੇ ਫਰਾਂਸ 'ਚ ਅੱਛੇ ਕੋਰਸਿਸ ਮਿਲ ਜਾਂਦੇ ਆ। ਫੀਸ ਜਿਹੜੀ ਹੈ ਆਲਮੋਸਟ 7,000-8,000 ਯੂਰੋ, ਜਿਹੜਾ ਕਿ ਤੁਹਾਡਾ ਮੇਰੇ ਖਿਆਲ 6.5-7 ਲੱਖ, 7.5-7 ਲੱਖ ਦੇ ਨੇੜੇ ਪਰ ਹੈ ਨਾ। ਮਤਲਬ ਇਹ ਬਹੁਤ ਅੱਛੀ ਆਪਸ਼ਨ ਹੈ ਕਿ ਜਿਹਦੇ ਵਿੱਚ ਫੀਸ ਵੀ ਘੱਟ ਹੈ, ਫੰਡਸ ਵੀ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਨਹੀਂ ਸ਼ੋ ਕਰਨੇ, ਔਰ ਜੇ ਬੱਚਾ ਸਮਾਂ ਬਚਾਉਣਾ ਚਾਹੁੰਦਾ, ਆਇਲਟਸ ਨਹੀਂ, ਉਹ ਕਹਿੰਦਾ ਕਿ ਇੰਗਲਿਸ਼ ਮੇਰੀ ਅੱਛੀ ਹੈ, ਮੈਂ ਬੋਲ ਸਕਦਾ, ਕਮਿਊਨੀਕੇਸ਼ਨ ਸਕਿੱਲ ਅੱਛੇ ਹੈ, ਤਾਂ ਉਹ ਬੱਚਾ ਫਰਾਂਸ ਜਾ ਸਕਦਾ। ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਹੈ ਉਹ ਜਿਹੜਾ ਤੁਹਾਡਾ ਮਿਨੀਮਮ 2 ਈਅਰਸ ਦਾ, ਮੰਨ ਲਓ ਬੈਚੁਲਰ 3 ਈਅਰ ਦੀ ਹੈ, ਪਲੱਸ 2 ਈਅਰ 5 ਸਾਲ ਦਾ ਵੀਜ਼ਾ ਹੋ ਗਿਆ, ਔਰ ਗਵਰਨਮੈਂਟ ਨੇ ਅਨਾਊਂਸ ਕੀਤਾ ਆਉਣ ਵਾਲੇ ਟਾਈਮ 'ਚ ਅਪ ਟੂ 5 ਈਅਰ ਦਾ, ਉਹ ਅਸੀਂ ਵੇਟ ਕਰ ਰਹੇ ਹਾਂ। ਇਹਦੇ ਵਿੱਚ ਜੇ ਸਟੂਡੈਂਟਸ ਨੇ ਮਾਸਟਰਸ ਕੀਤੀ ਹੋਈ ਹੈ, ਮਾਸਟਰਸ ਇਕਨੋਮਿਕਸ 'ਚ ਜਾਂ ਕਾਮਰਸ ਦੇ ਵਿੱਚ ਜਾਂ ਲਾਅ ਦੇ ਵਿੱਚ, ਤਾਂ ਉਹ PhD ਵਾਸਤੇ ਵੀ ਜਾ ਸਕਦੇ ਆ ਸਪਾਊਸ ਦੇ ਨਾਲ, ਕਿਉਂਕਿ ਬਹੁਤ ਸਾਰਾ ਸਟੂਡੈਂਟ ਜਿਹੜਾ UK ਸਪਾਊਸ ਦਾ ਹੁਣ ਵੀਜ਼ਾ ਬੰਦ ਕੀਤਾ ਅਤੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਆ, ਅਤੇ ਫਰਾਂਸ ਵਰਗੀ ਕੰਟਰੀ ਜਿਹੜੀ ਕਿ ਜਸਟ ਤੁਹਾਨੂੰ 7,000 ਯੂਰੋ ਦੇ ਵਿੱਚ ਦੇ ਰਹੀ ਹੈ ਪਰ ਐਨਮ,
ਤੇ ਤੁਸੀਂ PhD ਆਪਸ਼ਨ ਲੈ ਕੇ ਸਪਾਊਸ ਦੇ ਨਾਲ ਫੈਮਿਲੀ ਦੇ ਨਾਲ ਫਰਾਂਸ ਜਾ ਸਕਦੇ ਹੋ ਅਗੇਨ ਦੈਟਸ ਅ ਵੈਰੀ ਗੁੱਡ ਆਪਸ਼ਨ ਆਈਲਸ ਉਹਦੇ ਵਿੱਚ ਵੀ ਕੰਪਲਸਰੀ ਨਹੀਂ ਹੈ ਜੇ ਤੁਸੀਂ ਇੰਗਲਿਸ਼ ਮੀਡੀਅਮ ਸਕੂਲ ਤੋਂ ਪੜ੍ਹੇ ਹੋਏ ਹੋ ਤੁਸੀਂ ਖਾਲੀ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਦਾ ਇੱਕ ਲੈਟਰ ਦੇਣਾ ਉਹਦੇ ਵਾਸਤੇ ਜਾ ਸਕਦੇ ਹੋ जी 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 बिल्कुल सो स्टूडेंट्स नू ये सारी इन्फॉर्मेशन जो है बड़े अगर तुहानू किथे कोई चीज़ समझ नहीं आई है तो तुसी वीडियो बैक करके भी देख के हर पॉइंट जरूर समझ सकते हो नाल दी नाल इसलिए असीं नंबर भी डिस्प्ले किया होया ताकि तुसी कॉल करके भी टाइमली पूरी इन्फॉर्मेशन लो और राइट इन्फॉर्मेशन दे नाल अगे वधदे होए अपने फ्यूचर का डिसीजन लो सो मैम आपां जदों फ्रांस दी गल करदे आ तां क्यों इन्ना ज़्यादा स्टूडेंट्स दा रुझान अजिही ऑप्शनस उपर नज़र नहीं आता ज़्यादा असीं देखते हैं स्टूडेंट फोकस करते हैं ऑस्ट्रेलिया कैनेडा यूके फ्रांस एक चंगी ऑप्शन है जिवें कि तुसी दस्या पर फिर भी इधर इन्ना ज़्यादा रुझान क्यों नहीं दिखता स्टूडेंट्स का देखो रुझान की गल नहीं है स्टूडेंट चलता है भेड़ चाल उन्होंने चाहिए हर चीज़ की गरंटी हमने मैं दो स्टूडेंट की जस्ट काउंसलिंग करके आई हाँ यूएसए का 3 बारी रिफ्यूजल है वह दोनों का ब्रदर सिस्टर है दिमाग च उन्होंने यूएस बढ़िया होया नहीं उ जो रिजैक्शन च टाइम वेस्ट किया मैं नहीं कहती यूएस का वीजा नहीं आता बहुत अच्छा सक्सेस रेट है बट उन्हें जोड़े आंसर्स दिते मैं उन्होंने पूछा तो इट वॉज़ नॉट वेरी सैटिस्फैक्टरी ठीक है योजे बच्चे जोड़ा 3-3 साल 2-2 साल खराब कर रहे हैं वो तो किसी और अच्छी कंट्री जाके फ्रांस वर्गी कंट्री जाके हजे तक तो होर 1 साल लगा के सैटलमेंट की तरफ भी आ जाना सीगा जोड़ा ये समा वेस्ट कर रहे हैं बिकॉज जोड़ा अज तुम टाइम वेस्ट कर रहे हो वो टाइम नहीं कदे तुहाडे कोल वापस आना उन्नी ही एज निकल जाती है स्टूडेंट की जिन्ना तुसी टाइम वेस्ट कर रहे हो जिहड़ी तुहाडी एज निकल रही उन्ना ही तुसी पिछे जा रहे हो रीज़न बीइंग कि समझो 3 ईयर की ग्रेजुएशन करके तुसी सैटल होना 2-3 साल पहले ही खराब कर ले फिर दोबारा तुसी नवे सिरे ते शुरू करोगे फिर कद तुसी अपनी PR पानी है या जॉब लेनी है या तुसी एज काउंट करो उन्नी ही सैलरियाँ पिछे जाएंगे जो जॉब करेंगे या बिजनेस करेंगे तो वह हजे तक सैटलमेंट की तरफ जाना सी वो बिजनेस भी 2-3 साल पिछे चले गए जो जॉब करनी है तो इनक्रीमेंट लगन भी 2-3 साल पिछे चले गए स्टूडेंट शुड भी इंटैलीजेंट आप इंटैलीजेंट होना चाहिए जोड़े अच्छे स्टूडेंट है स्मार्ट स्टूडेंट दे आर ऑलवेज वेरी इंटैलीजेंट दे आर ऑलवेज वेरी कैलकुलेटिव वो अपना टाइम वेस्ट नहीं करते फ्रांस इज़ वेरी गुड ऑप्शन राइट नाउ एंड यू कैन ऑप्ट फॉर फ्रांस वीज़ा इज़ वेरी ईजी छोटे छोटे क्वेश्चंस होंगे उन्होंने आंसर देने दैट्स ऑल जी जी बिल्कुल सो मैं उम्मीद है कि स्टूडेंट्स काफ़ी पॉजिटिव जरूर होए होंगे फ्रांस नूं लैके सो जिवें कि मैं पहला गल कही है कि तुहाडा अपना कोई सवाल है कोई भी क्वेरी है जिहड़ा नंबर है नैविगेटर्स ओवरसीज़ आ इस उपर कॉल करके तुसी होर जानकारी जरूर लै सकते हो कमेंट सैक्शन विच भी तुसी अपने सवाल साडे नाल सांझे कर सकते हो बहुत बहुत थैंक्स मैम अज तुसी फ्रांस नूं लैके बहुत सारे पॉइंट्स जो है क्लीयर किए ने काफ़ी कुछ नवा फ्रांस बारे स्टूडेंट्स नूं पता चलिया होएगा अज दी वीडियो दे नाल अगों भी असी इसे तरह नाल होर इनफॉर्मेटिव वीडियोज़ लैके आते रहेंगे फिलहाल लई सानूं दिओ जी इजाजत थैंक यू सो much namaskar